ਸ਼ੰਗਰਾਣਾ ਕਰੋਨਾ ਨੂੰ ਲੈ ਕੇ ਪੰਜਾਬ ਦੇ ਵਿੱਚ ਨਵੀਆਂ پابندੀਆਂ ਜਾਰੀ ਕਰ ਦਿੱਤੀਆਂ ਗੀਆਂ ਨੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਪੰਜਾਬ ਦੇ ਵਿੱਚ ਹੁਣ ਕਰੋਨਾ ਦੀਆਂ پابندੀਆਂ 8 ਫਰਵਰੀ ਤੱਕ ਜਾਰੀ ਰਹਿਣਗੀਆਂ ਹੋਰ ਅੱਗੇ ਵਧਾ ਦਿੱਤੀਆਂ ਗੀਆਂ ਨੇ ਕਰੋਨਾ ਦੀਆਂ پابੰਦੀਆਂ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਝ ਖੁੱਲੇਗਾ ਕੀ ਕੁਝ ਬੰਦ ਰਹੇਗਾ ਕਿਹੜੇ ਨਵੇਂ ਨਿਯਮ ਨੇ ਜਿਹੜੇ ਉਹ ਲਾਗੂ ਕੀਤੇ ਗਏ ਨੇ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਰੋਨਾ ਨੂੰ ਲੈ ਕੇ ਨਵੀਆਂ پابندੀਆਂ ਜਿਹੜੀਆਂ ਨੇ 8 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤੇ ਪੰਜਾਬ ਦੇ ਵਿੱਚ ਹਾਲੇ ਸਕੂਲ ਕਾਲਜ ਨਹੀਂ ਖੁੱਲਣਗੇ ਹਾਲਾਂਕਿ ਬਹੁਤ ਸਾਰੀਆਂ ਸਟੇਟਸ ਦੇ ਵੱਲੋਂ ਚੰਡੀਗੜ੍ਹ ਦੇ ਵੱਲੋਂ ਵੀ ਸਕੂਲ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਪਰ ਪੰਜਾਬ ਦੇ ਸਕੂਲ ਹਾਲੇ ਨਹੀਂ ਖੁੱਲਣਗੇ ਤੇ ਨਾ ਹੀ ਪੰਜਾਬ ਦੇ ਕਾਲਜ ਹਾਲੇ ਖੁੱਲਣਗੇ ਪੰਜਾਬ ਦੇ ਵਿੱਚ ਨਾਈਟ ਕਰਫਿਊ ਹੈ ਜਿਹੜਾ ਉਹ ਜਾਰੀ ਰਹੇਗਾ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਪੰਜਾਬ ਦੇ ਵਿੱਚ ਨਾਈਟ ਕਰਫਿਊ ਜਾਰੀ ਰਹੇਗਾ ਕਰੋਨਾ ਪਾਬੰਦੀਆਂ 8 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਤੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ 노 마스크 노 ਸਰਵਿਸ ਦਾ ਨਿਯਮ ਲਾਗੂ ਰਹੇਗਾ ਭਾਵੇਂ ਜੇ ਕੋਈ ਬੰਦਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਉਸਨੇ 마스크 ਪਾਉਣਾ ਲਾਜ਼ਮੀ ਹੋਵੇਗਾ ਜੇ ਉਹ 마스크 ਨਹੀਂ ਪਾਵੇਗਾ ਤਾਂ ਕੰਮ ਨਹੀਂ ਹੋਵੇਗਾ ਆਊਟਡੋਰ ਦੇ ਵਿੱਚ 1000 ਅਤੇ ਇਨਡੋਰ ਦੇ ਵਿੱਚ 500 ਲੋਕ ਜਿਹੜੇ ਨੇ ਇਕੱਠੇ ਹੋਣ ਨੂੰ ਪਰਵਾਨਗੀ ਦਿੱਤੀ ਗਈ ਹੈ ਇਸ ਤੋਂ ਬਿਨਾ ਜਿਹੜੇ ਕੋਚਿੰਗ ਇੰਸਟੀਚਿਊਟ ਨੇ ਉਹ ਵੀ ਬੰਦ ਰਹਿਣਗੇ ਹਾਲਾਂਕਿ ਆਨਲਾਈਨ ਪੜ੍ਹਾਈ ਜਿਹੜੀ ਹੈ ਉਹ ਜਾਰੀ ਰਹੇਗੀ ਮੈਡੀਕਲ ਅਤੇ ਨਰਸਿੰਗ ਕਾਲਜ ਦੇ ਬੱਚੇ ਜਿਹੜੇ ਨੇ ਵਿਦਿਆਰਥੀ ਨੇ ਉਹ ਸਕੂਲ ਜਾ ਸਕਣਗੇ ਇੰਸਟੀਚਿਊਟ ਜਾ ਸਕਣਗੇ ਮੈਡੀਕਲ ਅਤੇ ਨਰਸਿੰਗ ਇੰਸਟੀਚਿਊਟ ਜਿਹੜੇ ਨੇ ਕਾਲਜ ਜਿਹੜੇ ਨੇ ਉਹਨਾਂ ਦੇ ਵਿਦਿਆਰਥੀ ਸਕੂਲ ਕਾਲਜ ਇੰਸਟੀਚਿਊਟ ਤੇ ਜਾ ਸਕਣਗੇ ਬਾਰ ਜਿਮ ਸਿਨੇਮਾ ਰੈਸਟੋਰੈਂਟ 50% ਕੈਪੈਸਿਟੀ ਨਾਲ ਖੋਲਣਗੇ ਤਾਂ ਵੱਡੀ ਖਬਰ ਹੈ ਕਿ ਰੈਸਟੋਰੈਂਟਸ ਨੇ ਸਿਨੇਮਾਸ ਨੇ ਜਿਮ ਐ ਬਾਰ ਐ 50% ਸਮਰੱਥਾ ਨਾਲ ਖੋਲਣਗੇ ਤੇ ਸਾਰੇ ਮੁਲਾਜ਼ਮਾਂ ਨੂੰ ਕਰੋਨਾ ਵੈਕਸੀਨ ਦੇ ਡਬਲ ਡੋਜ਼ ਲੱਗੇ ਹੋਣਾ ਲਾਜ਼ਮੀ ਹੈ ਤਾਂ ਕਰੋਨਾ ਨੂੰ ਲੈ ਕੇ ਨਵੀਆਂ پابندੀਆਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗੀਆਂ ਨੇ ਕਰੋਨਾ ਦੀਆਂ ਨਵੇਂ ਨਿਯਮ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤੇ ਗਏ ਨੇ ਤਾਂ ਹੁਣ 8 ਫਰਵਰੀ ਤੱਕ ਕਰੋਨਾ ਦੀਆਂ پابندੀਆਂ ਜਿਹੜੀਆਂ ਨੇ ਉਹ ਅੱਗੇ ਵਧਾ ਦਿੱਤੀਆਂ ਗੀਆਂ ਨੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗਾ ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਪਬਲਿਕ ਪਲੇਸਿਸ ਤੇ ਮਾਸਕ ਪੋਣਾ ਲਾਜ਼ਮੀ ਹੈ ਵਰਕਪਲੇਸਿਸ ਤੇ ਜਿਹੜਾ ਮਾਸਕ ਪਾਉਣਾ ਜ਼ਰੂਰੀ ਹੈ ਤੇ ਸੋਸ਼ਲ ਡਿਸਟੈਂਸਿੰਗ 6 ਫੁੱਟ ਦਾ فاਸਲਾ ਰੱਖਣਾ ਜਿਹੜਾ ਉਹ ਵੀ ਜ਼ਰੂਰੀ ਹੈ ਤੇ ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ ਸਵੇਰੇ 5 ਵਜੇ ਤੱਕ ਰਾਤ 10 ਵਜੇ ਤੋਂ ਨਾਈਟ ਕਰਫਿਊ ਜਿਹੜਾ ਉਹ ਜਾਰੀ ਰਹੇਗਾ ਜਿਹੜੀ ਗੈਦਰਿੰਗ ਹੈ ਲੋਕਾਂ ਦਾ ਇਕੱਠ ਹੈ ਇਨਡੋਰ ਦੇ ਵਿੱਚ 500 ਅਤੇ ਆਊਟਡੋਰ ਦੇ ਵਿੱਚ 1000 ਲੋਕ ਇਕੱਠੇ ਹੋ ਸਕਣਗੇ ਕਿਸੇ ਵੀ ਥਾਂ ਤੇ 50% ਕਪੈਸਿਟੀ ਦੇ ਲੋਕ ਹੀ ਨਾਲ ਹੀ ਲੋਕ ਜਮ੍ਹਾਂ ਹੋ ਸਕਣਗੇ ਤਾਂ ਇਕੱਠੇ ਹੋ ਸਕਣਗੇ 50% ਸਮਰੱਥਾ ਦੇ ਨਾਲ ਇਸ ਤੋਂ ਬਿਨਾ ਜਿਹੜੀ ਆਨਲਾਈਨ ਟੀਚਿੰਗ ਆ ਉਹ ਜਾਰੀ ਰਹੇਗੀ ਸਕੂਲ ਕਾਲਜਸ ਯੂਨੀਵਰਸਿਟੀਆਂ ਕੋਚਿੰਗ ਇੰਸਟੀਚਿਊਟਸ ਜਿਹੜੇ ਨੇ ਉਹ ਬੰਦ ਰਹਿਣਗੇ ਸਕੂਲ ਕਾਲਜ ਯੂਨੀਵਰਸਿਟੀ ਅਤੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ ਹਾਲਾਂਕਿ ਆਨਲਾਈਨ ਜਿਹੜੀ ਪੜ੍ਹਾਈ ਆ ਉਹ ਜਾਰੀ ਰਹੇਗੀ ਮੈਡੀਕਲ ਅਤੇ ਨਰਸਿੰਗ ਕਾਲਜ ਜਿਹੜੇ ਨੇ ਉਹ ਚੱਲਦੇ ਰਹਿਣਗੇ ਇਸ ਤੋਂ ਬਿਨਾ ਆਲ ਬਾਰ ਸਿਨੇਮਾਸ ਹਾਲਸ ਮਲਟੀਪਲੈਕਸਿਸ ਮਾਲਸ ਰੈਸਟੋਰੈਂਟਸ ਜਿਮ ਸਪੋਰਟ ਕੰਪਲੈਕਸਿਸ ਮਿਊਜ਼ੀਅਮ ਜ਼ੂਸ ਜਿਹੜੇ ਨੇ ਉਹ 50% ਸਮਰੱਥਾ ਨਾਲ ਖੁੱਲ ਸਕਣਗੇ ਏਸੀ ਬੱਸਿਸ ਜਿਹੜੀਆਂ ਨੇ ਉਹ 50% ਸਮਰੱਥਾ ਨਾਲ ਚੱਲ ਸਕਣਗੀਆਂ ਤਾਂ ਨੋ ਮਾਸਕ ਨੋ ਸਰਵਿਸ ਦਾ ਰੂਲ ਵੀ ਜਿਹੜਾ ਉਹ ਲਾਗੂ ਰਹੇਗਾ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਤੇ ਕਿਸੇ ਵੀ ਪ੍ਰਾਈਵੇਟ ਦਫ਼ਤਰ ਦੇ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ ਬਾਹਰ ਆਉਣ ਵਾਲੇ ਕੰਮ ਕਰਾਉਣ ਵਾਲੇ ਲੋਕਾਂ ਲਈ ਵੀ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਹੈ ਜਿਹੜੇ ਲੋਕ ਨੇ ਪੈਸੈਂਜਰ ਨੇ ਖਾਸ ਕਰ ਉਹਨਾਂ ਦੇ ਆਰਟੀਪੀਸੀਆਰ ਰਿਪੋਰਟ ਜਿਹੜੀ ਆ 72 ਘੰਟਿਆਂ ਦੀ ਉਹਨਾਂ ਕੋਲ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਦੇ ਵਿੱਚ ਤੁਸੀਂ ਐਂਟਰ ਕਰਨਾ ਹੈ ਭਾਵੇਂ ਕੇ ਪੰਜਾਬ ਦੇ ਵਿੱਚ ਜੇਕਰ ਬਾਹਰੀ ਸੂਬੇ ਤੋਂ ਕਿਸੇ ਨੇ ਆਉਣਾ ਹੈ ਤਾਂ 72 ਘੰਟਿਆਂ ਦੀ ਆਰਟੀਪੀਸੀਆਰ ਨੈਗੇਟਿਵ ਰਿਪੋਰਟ ਉਹਨਾਂ ਕੋਲ ਹੋਣੀ ਚਾਹੀਦੀ ਹੈ ਨਹੀਂ ਤਾਂ ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਸਕੂਲ ਕਾਲਜ ਯੂਨੀਵਰਸਿਟੀਆਂ ਜਿਹੜੇ ਨੇ ਉਹ ਬੰਦ ਰਹਿਣਗੇ ਤੇ ਇਹ ਵੀ ਦੱਸਿਆ ਗਿਆ ਕਿ ਜਿਹੜੇ ਡਿਸਟ੍ਰਿਕਟ ਅਥਾਰਟिटीज ਨੇ ਇਹਦੇ ਵਿੱਚ ਆਪੋ ਆਪਣੇ ਹਿਸਾਬ ਦੇ ਨਾਲ ਪਾਬੰਦੀਆਂ ਨੂੰ ਵਧਾ ਵੀ ਸਕਦੇ ਨੇ ਤੇ ਘਟਾ ਵੀ ਸਕਦੇ ਨੇ ਸਿਚੁਏਸ਼ਨ ਦੇ ਅਕੋਰਡਿੰਗ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਪਾਬੰਦੀਆਂ ਕਰੋਨਾ ਨਿਜਮਾ ਦੀਆਂ ਨਵੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਨਾਈਟ ਕਰਫਿਊ ਜਿਹੜਾ ਸੂਬੇ ਦੇ ਵਿੱਚ ਜਾਰੀ ਰਹੇਗਾ ਕਰੋਨਾ ਦੀਆਂ ਪਾਬੰਦੀਆਂ 8 ਫਰਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਰਹਿਣਗੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ ਸਕੂਲ ਕਾਲਜ ਯੂਨੀਵਰਸਿਟੀਆਂ ਅਤੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ ਪੰਜਾਬ ਦੇ ਵਿੱਚ ਹਾਲੇ ਸਕੂਲ ਕਾਲਜ ਯੂਨੀਵਰਸਿਟੀਆਂ ਕੋਚਿੰਗ ਇੰਸਟੀਚਿਊਟ ਨਹੀਂ ਖੁੱਲਣਗੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ ਪੰਜਾਬ ਦੇ ਵਿੱਚ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੇ ਗੀਆਂ ਨੇ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਮਾਸਕ ਪਾਉਣਾ ਲਾਜ਼ਮੀ ਹੈ ਸੋਸ਼ਲ ਡਿਸਟੈਂਸ ਰੱਖਣਾ ਲਾਜ਼ਮੀ ਹੈ ਜਿਹੜੀਆਂ ਏਸੀ ਬੱਸਿਸ ਨੇ 50% ਸਮਰੱਥਾ ਨਾਲ ਜਾ ਸਕਣਗੀਆਂ ਜਿਹੜੇ ਸਿਨੇਮਾਸ ਨੇ ਰੈਸਟੋਰੈਂਟਸ ਨੇ ਮਲਟੀਪਲੈਕਸਿਸ ਨੇ ਜਿਮ ਸਪਾ ਸੈਂਟਰ ਹੈ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਪਲੇਸਿਸ ਨੇ ਉਹ 50% ਸਮਰੱਥਾ ਨਾਲ ਹੀ ਖੁੱਲ ਸਕਣਗੇ ਇਸ ਤੋਂ ਬਿਨਾ ਸਕੂਲ ਕਾਲਜ ਯੂਨੀਵਰਸਿਟੀਆਂ ਕੋਚਿੰਗ ਇੰਸਟੀਚਿਊਟ ਆਲੇ ਬੰਦ ਰਹਣਗੇ ਆਨਲਾਈਨ ਸਟੱਡੀ ਜਿਹੜੀ ਹੈ ਉਹ ਜਾਰੀ ਰਹੇਗੀ ਰਾਤ ਦਾ ਜਿਹੜਾ ਕਰਫਿਊ ਹੈ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਮਾਸਕ ਪਾਉਣਾ ਲਾਜ਼ਮੀ ਹੈ ਚਾਹੇ ਉਹ ਪ੍ਰਾਈਵੇਟ ਆਫਿਸ ਹੈ ਚਾਹੇ ਉਹ ਸਰਕਾਰੀ ਦਫਤਰ ਹੈ ਮਾਸਕ ਪਾਉਣਾ ਲਾਜ਼ਮੀ ਹੈ ਤੇ ਜੇ ਕੋਈ ਬਾਹਰੋਂ ਬੰਦਾ ਕੰਮ ਕਰਵਾਉਣਾ ਦਾ ਉਹਦੇ ਵੀ ਮਾਸਕ ਪਾਉਣਾ ਜ਼ਰੂਰੀ ਹੈ ਜੇਕਰ ਨਹੀਂ ਮਾਸਕ ਪਾਇਆ ਹੋਏਗਾ ਤਾਂ ਉਸ ਦਾ ਕੰਮ ਨਹੀਂ ਕੀਤਾ ਜਾਏਗਾ ਇਸ ਤੋਂ ਬਿਨਾ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ ਜਿਹੜਾ ਇਨਡੋਰ ਤੇ ਆਊਟਡੋਰ ਫੰਕਸ਼ਨ ਨੇ ਚਾਹੇ ਉਹ ਧਾਰਮਿਕ ਪ੍ਰੋਗਰਾਮ ਨੇ ਚਾਹੇ ਉਹ ਸੱਭਿਆਚਾਰਕ ਪ੍ਰੋਗਰਾਮ ਨੇ ਚਾਹੇ ਉਹ ਕੋਈ ਹੋਰ ਐਕਟੀਵਿਟੀ ਹੈਗੀ ਹੈ ਉਸ ਦੇ ਵਿੱਚ 500 ਲੋਕ ਇਨਡੋਰ ਦੇ ਵਿੱਚ ਤੇ 1000 ਲੋਕ ਜਿਹੜੇ ਨੇ ਆਊਟਡੋਰ ਦੇ ਵਿੱਚ ਇਕੱਠੇ ਹੋਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਸ ਤੋਂ ਬਿਨਾਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਢੰਗ ਦੇ ਨਾਲ ਸੂਬੇ ਦੇ ਵਿੱਚ ਨਾਈਟ ਕਰਫਿਊ ਹੈ ਜਿਹੜਾ ਉਹ ਇੰਪਲੀਮੈਂਟ ਰਹੇਗਾ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਿਹੜਾ ਉਹ ਜਾਰੀ ਰਹੇਗਾ ਤੇ ਸਕੂਲ ਕਾਲਜਸ ਯੂਨੀਵਰਸਿਟੀਆਂ ਕੋਚਿੰਗ ਇੰਸਟੀਚਿਊਟ ਇਹ ਹਾਲੇ ਬੰਦ ਰਹਿਣਗੇ 8 ਫਰਵਰੀ ਤੱਕ ਨਵੇਂ ਗਾਈਡਲਾਈਨਸ ਜਦੋਂ 8 ਫਰਵਰੀ ਤੋਂ ਬਾਅਦ ਜਾਰੀ ਹੋਣਗੀਆਂ ਤਾਂ ਜ਼ਰੂਰ ਦੱਸਾਂਗੇ ਪਰ ਫਿਲਹਾਲ 8 ਫਰਵਰੀ ਤੱਕ ਹਾਲੇ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਕੋਚਿੰਗ ਇੰਸਟੀਚਿਊਟ ਨਹੀਂ ਖੁੱਲਣਗੇ ਸਾਰੇ ਹੀ ਬਾਅਦ ਸਿਨੇਮਾਸ ਹਾਲਸ ਮਲਟੀਪਲੈਕਸਿਸ ਮਾਲਸ ਰੈਸਟੋਰੈਂਟਸ ਸਪਾਸ ਜਿਮਸ ਸਪੋਰਟ ਕੰਪਲੈਕਸਿਸ ਮਿਊਜ਼ੀਅਮ ਜ਼ੂਸ ਇਹ ਜਿਹੜੇ ਨੇ ਇਹ ਸਾਰੇ 50% ਸਮਰਥਨ ਨਾਲ ਖੁੱਲਣਗੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਗਾਈਡਲਾਈਨਸ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ